ਸੋਹਣਾ ਸਰਦਾਰ ਫੱਬੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਇੰਟਰੋਡਿਊਸ ਮਾਈ ਸੈਲਫ ਐਜ਼ ਮਨਕੀਰਤ ਸਿੰਘ, ਬਿਲੋਂਗਿੰਗ ਟੂ ਜਲੰਧਰ ਐਂਡ ਮਾਈ ਏਜ ਇਜ਼ 12 ਈਅਰਸ। ਐਜ਼ ਆਪਟਿੰਗ ਆਫ ਮਾਈ ਫੈਮਿਲੀ ਗਾਈਡਲਾਈਨਸ, ਆਈ ਵੁੱਡ ਲਾਈਕ ਟੂ ਬਿਕਮ ਅ ਗ੍ਰੇਟ ਸਿੱਖ ਐਂਡ ਸਪ੍ਰੈਡ ਸਿੱਖਿਜ਼ਮ ਆਲ ਅਰਾਊਂਡ ਦ ਵਰਲਡ। ਗੁਰਮਤ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ ਦੇ ਵਿਚਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਪ੍ਰਚਾਰ ਕਰਨਾ ਚਾਹੁੰਦੇ ਹੋ, ਅਤੇ ਗੁਰਮਤ ਦੇ ਹਿਸਾਬ ਨਾਲ ਮੈਨੂੰ ਤੁਸੀਂ ਦੱਸੋਗੇ ਕਿ ਇੱਕ ਸਿੱਖ ਨੂੰ ਦੇਹਧਾਰੀ ਗੁਰੂ ਨੂੰ ਮੰਨਣਾ ਚਾਹੀਦਾ, ਪੂਜਣਾ ਚਾਹੀਦਾ? ਜੇ ਹਾਂ ਤਾਂ ਕਿਉਂ, ਜੇ ਨਹੀਂ ਤਾਂ ਕਿਉਂ? ਇੱਕ ਇਨਸਾਨੀ ਜੋ ਦੇਹਧਾਰੀ ਹੁੰਦਾ ਹੈ, ਕੀ ਉਸਨੂੰ ਪੂਜਣਾ ਚਾਹੀਦਾ ਹੈ? ਸਿੰਘ ਨੂੰ ਤਾਂ ਕਦੀ ਵੀ ਕਿਸੇ ਦੇਹਧਾਰੀ ਗੁਰੂ ਨੂੰ ਪੂਜਣਾ ਹੀ ਨਹੀਂ ਚਾਹੀਦਾ, ਕਿਉਂਕਿ ਸਾਡੇ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਅਤੇ ਉਸ ਤੋਂ ਬਾਅਦ ਗੁਰੂ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡਾ ਗੁਰੂ ਬਣਾਇਆ, ਜਿਸ ਨੂੰ ਅੱਜ ਅਸੀਂ ਮੱਥਾ ਟੇਕਦੇ ਹਾਂ। ਉਹੀ ਸਾਡੇ ਗੁਰੂ ਹਨ, ਅਤੇ ਸਾਨੂੰ ਉਹਨਾਂ ਅੱਗੇ ਆਪਣਾ ਸੀਸ ਝੁਕਾਉਣਾ ਚਾਹੀਦਾ ਹੈ। ਅਸੀਂ ਆਪਣਾ ਸਾਰਾ, ਉਹਨਾਂ ਨੇ ਹੀ ਸਾਨੂੰ ਇਹ ਸਰੀਰ ਦਿੱਤਾ ਹੈ, ਉਹਨਾਂ ਨੇ ਹੀ ਸਾਨੂੰ ਇਹ ਸਿੱਖੀ ਦਿੱਤੀ ਹੈ। ਤਨ ਤੇਰੀ ਸਿੱਖੀ, ਤਨ ਤੇਰੀ ਸਿੱਖੀ। ਗੁਰਮਤ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ ਦੇ ਵਿਚਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਮੀਤ ਸਿੰਘ, ਮੋਗਾ ਸ਼ਹਿਰ ਦਾ ਰਹਿਣ ਵਾਲਾ ਹਾਂ, ਅਤੇ ਮੇਰੀ ਉਮਰ 11 ਸਾਲ ਹੈ। ਮੇਰਾ ਟੈਗ ਨੰਬਰ 10 ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਪੇਰੈਂਟਸ ਆਏ ਹੋਏ ਨੇ ਇੱਥੇ? ਹਾਂਜੀ। ਕਿੰਨਾ ਪਿਆਰ ਕਰਦੇ ਉਹਨਾਂ ਨਾਲ? ਸਾਰਿਆਂ ਨਾਲ। ਪਾਪਾ ਨਾਲ ਜ਼ਿਆਦਾ ਕਿ ਮੰਮੀ ਨਾਲ? ਦੋਵਾਂ ਨਾਲ ਸਰ। ਵਾਟ ਡੂ ਯੂ ਐਕਸਪੈਕਟ ਫਰੋਮ ਯੋਰ ਪੇਰੈਂਟਸ, ਮਨੀ ਔਰ ਵੈਲਿਊਸ? ਤੁਸੀਂ ਆਪਣੇ ਮਾਪੇ ਤੋਂ ਕੀ ਐਕਸਪੈਕਟ ਕਰਦੇ ਹੋ, ਪੈਸਾ ਕਿ ਵੈਲਿਊਸ? ਵੈਲਿਊਸ, ਗੁਣ ਤੇ ਸਿਧਾਂਤ। ਕਿਉਂ ਬੇਟਾ, ਕਿਉਂ ਪੈਸਾ ਕਿਉਂ ਨਹੀਂ? ਪੈਸਾ ਤਾਂ ਚਾਹੀਦਾ ਨਾ, ਲੈਪਟੋਪ ਲੈਣਾ ਹੈ, ਵੀਡੀਓ ਗੇਮ, ਸਭ ਕੁਝ। ਸਭ ਸੰਤੋਖ ਚ ਰਹਿ ਕੇ ਜਿੰਨੀ ਲੋੜ ਹੁੰਦੀ। ਵੈਰੀ ਗੁੱਡ। ਜੇ ਵੈਲਿਊਸ ਲੈ ਲਈਆਂ ਨਾ ਮਾਪਿਆਂ ਤੋਂ, ਉਹ ਵੈਲਿਊਸ ਤੁਹਾਨੂੰ ਇਤਨਾ ਪੈਸਾ ਕਮਾ ਕੇ ਦੇਗੀ ਕਿ ਤੁਹਾਨੂੰ ਕਿਸੇ ਤੋਂ ਫਿਰ ਲੈਣ ਦੀ ਲੋੜ ਨਹੀਂ ਪੈਣੀ। ਜੋ ਤੁਹਾਡੇ ਪਿਤਾ ਧੰਨ ਧੰਨ ਸਾਹਿਬ, ਸਤਿ ਸ੍ਰੀ ਅਕਾਲ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਗਮਵੀਰ ਸਿੰਘ ਤੇ ਮੈਂ ਲੁਧਿਆਣਾ ਦਾ ਰਹਿਣ ਵਾਲਾ ਹਾਂ, ਤੇ ਮੈਂ 9 ਸਾਲ ਦਾ ਹਾਂ। ਟੈਗ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਮਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਨਵੀਰ ਹੈ ਤੇ ਮੈਂ ਵੀ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਹਾਂ। ਸੋ ਸੌਖਾ ਕੁਐਸਚਨ ਪੁੱਛ ਲਾਂਗੇ, ਔਖਾ ਪੁੱਛਾਂ? ਜਿਹੜਾ ਮਰਜ਼ੀ ਪੁੱਛ ਲਓ। ਨਹੀਂ ਮੰਨਦੇ ਲੁਧਿਆਣੇ ਵਾਲੇ। ਅਗਮਵੀਰ ਸਿੰਘ ਜੀ, ਤੁਸੀਂ ਆਪਣੇ ਵਾਤਾਵਰਨ ਲਈ ਕੀ ਕਰੋਗੇ? ਹਾਂਜੀ, ਵਟ ਸ਼ੈਲ ਯੂ ਡੂ ਫੋਰ ਦ ਇਨਵਾਇਰਮੈਂਟ? ਤੁਸੀਂ ਵਾਤਾਵਰਨ ਲਈ ਕੀ ਕਰੋਗੇ? ਮੈਂ ਪੇੜ ਖੱਤੇ ਉਗਾਵਾਂਗਾ, ਤੇ ਬੰਦਿਆਂ ਨੂੰ ਸਾਂਸ ਮੀ ਮਤਲਬ ਹੋਰ ਰਹਿ ਸਕਣਗੇ ਉਹ। ਥੋੜਾ ਜਿਹਾ ਹੋਰ ਲੁਧਿਆਣੇ ਦੀ ਜਿੱਦਾਂ ਸਵਾਲ ਆ,
ਮੈਂ ਬਹੁਤ ਪੰਪ ਭਰਤਾ ਸੀ ਲੁਧਿਆਣੇ ਦਾ। ਤੁਸੀਂ ਕੀ ਕਰੋਗੇ ਮਾਤਾ? ਮੈਂ ਪੇੜ ਉਗਾਵਾਂਗਾ, ਨੇਚਰ ਨੂੰ ਹੋਰ ਵੱਡਾ ਕਰਾਂਗਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬ੍ਰਹਮਜੋਤ ਸਿੰਘ ਹੈ, ਮੈਂ ਰਾਜਪੁਰਾ ਸ਼ਹਿਰ ਜ਼ਿਲ੍ਹੇ ਪਟਿਆਲੇ ਦਾ ਰਹਿਣ ਵਾਲਾ ਹਾਂ। ਮੇਰੀ ਉਮਰ 12 ਸਾਲ ਹੈ ਐਂਡ ਮਾਈ ਟੈਗ ਨੰਬਰ ਇਜ਼ 2। ਬ੍ਰਹਮਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਕੁਐਸਚਨ ਤੁਹਾਡੇ ਲਈ ਬਹੁਤ ਭਾਰੀ ਹੈ। ਮੇਰਾ ਵਜ਼ਨ ਕਿੰਨਾ ਹੈ? ਨਹੀਂ ਨਹੀਂ, ਮਜ਼ਾਕ ਕਰ ਰਹੇ ਹੋ। ਉਹ ਫਾਰਮ ਭਰ ਰਿਹਾ ਸੀ, ਉਸ ਵਿੱਚ ਲਿਖਿਆ ਸੀ ਗਿਵ ਯੋਰ ਵੇਟ। ਅੱਛਾ, ਤਾਂ ਮੈਨੂੰ ਤੁਸੀਂ ਗੱਲ ਦੱਸੋ, ਵਿਸ਼ਵਾਸ ਔਰ ਅੰਧ ਵਿਸ਼ਵਾਸ ਤੁਹਾਨੂੰ ਕੀ ਲੱਗਦਾ, ਕੀ ਫਰਕ ਹੋਏਗਾ? ਵਿਸ਼ਵਾਸ ਤੇ ਅੰਧ ਵਿਸ਼ਵਾਸ ਵਿੱਚ ਤੁਹਾਨੂੰ ਕੀ ਲੱਗਦਾ, ਕੀ ਫਰਕ ਹੈ? ਵਿਸ਼ਵਾਸ ਦਾ ਅਰਥ ਹੁੰਦਾ ਹੈ ਕਿ ਸਾਨੂੰ ਕਿਸੇ ਤੇ ਆਪਣੇ ਆਪ ਵਿਸ਼ਵਾਸ ਹੋਵੇ, ਤੇ ਅੰਧ ਵਿਸ਼ਵਾਸ ਦਾ ਮਤਲਬ ਹੁੰਦਾ ਆਪਾਂ ਕਿਸੇ ਕਹਿਣ ਜਾਂ ਸੁਣਨ ਤੇ ਵਿਸ਼ਵਾਸ ਕਰੀਏ। ਸਾਨੂੰ ਅੰਧ ਵਿਸ਼ਵਾਸ ਉਸ ਤੇ ਕਰਨਾ ਚਾਹੀਦਾ ਹੈ ਜਿਸ ਦੀ ਅੱਖਾਂ ਖੁੱਲੀਆਂ ਹੋਣ, ਵਰਨਾ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਕਿਸੇ ਸਿੰਘ ਨੂੰ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਰ ਜੇ ਆਪਾਂ ਅੰਧ ਵਿਸ਼ਵਾਸ ਕਰੀਏ ਵੀ ਤਾਂ ਉਸ ਬੰਦੇ ਤੇ ਕਰੀਏ ਜਿਸ ਦੀ ਅੱਖਾਂ ਵੀ ਖੁੱਲੀਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜ਼ੀਜ਼ ਦਾ ਭਾਵ ਪਿਆਰਾ ਤੇ ਹਰ ਅਜ਼ੀਜ਼ ਦਾ ਭਾਵ ਸਭ ਦਾ ਪਿਆਰਾ। ਮੇਰਾ ਨਾਮ ਹਰਜੀਤ ਸਿੰਘ, ਮੈਂ ਫਗਵਾੜਾ ਤੋਂ ਬਿਲੋਂਗ ਕਰਦਾ ਹਾਂ ਤੇ ਮੇਰੀ ਉਮਰ 11 ਸਾਲ ਹੈ, ਮੇਰਾ ਟੈਗ ਨੰਬਰ 14 ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਟ ਇਜ਼ ਯਰ ਏਮ ਇਨ ਲਾਈਫ ਐਂਡ ਵਾਈ? ਹਲੇ ਤੱਕ ਤਾਂ ਮੇਰਾ ਕੋਈ ਏਮ ਨਹੀਂ ਹੈ, ਪਰ ਮੈਂ ਹਲੇ ਸਾਰੇ ਸਬਜੈਕਟਸ 'ਚ ਮਿਹਨਤ ਕਰਦਾ ਹਾਂ। ਮੇਰਾ ਅੱਗੇ ਜਾ ਕੇ ਜਿਹੜੇ ਸਬਜੈਕਟ ਵਿੱਚ ਇੰਟਰਸਟ ਬਣਿਆ, ਮੈਂ ਉਸ ਸਬਜੈਕਟ ਦੀ ਫੀਲਡ ਵਿੱਚ ਚੱਲ ਜਾਵਾਂਗਾ ਤੇ ਇੱਕ ਵੱਡਾ ਇਨਸਾਨ ਬਣਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਿਲਬਾਗ ਸਿੰਘ ਹੈ, ਮੇਰੇ ਪਿਤਾ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ, ਮੇਰੀ ਮਾਤਾ ਜੀ ਦਾ ਨਾਮ ਸਾਹਿਬ ਕੌਰ ਜੀ ਹੈ। ਬਾਈ ਨੰਬਰ ਟੈਗ ਵਾਲੇ ਬਾਈ ਜੀ, ਕੀ ਹਾਲ ਨੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਤੁਸੀਂ? ਰਿਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਪਸੰਦ ਆ ਤੁਹਾਨੂੰ ਆਪਣਾ ਸਕੂਲ? ਹਾਂਜੀ। ਕਿੰਨਾ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਪਸੰਦ? ਹਾਂਜੀ। ਅੱਛਾ, ਫਿਰ ਇੱਕ ਗੱਲ ਦੱਸੋ, ਕੁਝ ਗੱਲਾਂ ਹੋਣਗੀਆਂ ਜਿਹੜੀਆਂ ਨਹੀਂ ਵੀ ਪਸੰਦ ਹੋਣਗੀਆਂ। ਜੇ ਤੁਹਾਨੂੰ ਆਪਣੇ ਸਕੂਲ ਵਿੱਚ ਕੁਝ ਬਦਲਣ ਦਾ ਮੌਕਾ ਮਿਲ ਸਕੇ ਤਾਂ ਤੁਸੀਂ ਕੀ ਬਦਲੋਗੇ? ਇੱਕ ਵਾਰੀ ਕੁਐਸਚਨ ਫਿਰ ਸੁਣ ਲਓ। ਜੇ ਤੁਹਾਨੂੰ ਆਪਣੇ ਸਕੂਲ ਵਿੱਚ ਕੁਝ ਬਦਲਣ ਦਾ ਮੌਕਾ ਮਿਲ ਸਕੇ ਤਾਂ ਤੁਸੀਂ ਕੀ ਬਦਲੋਗੇ? ਮੈਂ ਆਪਣੇ ਸਾਰੇ ਸਕੂਲ ਦੇ ਬੱਚਿਆਂ ਨੂੰ ਕਹੂੰਗਾ ਕਿ ਆਪਣਾ ਸਿਰ ਢੱਕ ਕੇ ਰੱਖਣ, ਕਿਉਂਕਿ ਜਿਨ੍ਹਾਂ ਸਿਰ ਨਹੀਂ ਢੱਕਿਆ ਹੁੰਦਾ ਉਹਨਾਂ ਦੇ ਪਿਤਾ ਜੀ ਨਹੀਂ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਚ ਰਿਹਾ ਸੀ ਕਹੇਗਾ ਪ੍ਰਿੰਸੀਪਲ ਬਦਲਾਂਗਾ। ਠੀਕ ਹੈ ਜੀ, ਸਾਰੇ ਫਾਈਨਲਿਸਟ ਹੁਣ ਰਿਜ਼ਲਟ ਦੀ ਵੇਟ ਕਰਨ, ਔਰ ਸਾਰੇ ਫਾਈਨਲਿਸਟ ਨੂੰ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਗ੍ਰੀਨ ਰੂਮ ਦੇ ਵਿੱਚ ਰਿਜ਼ਲਟ ਦਾ ਵੇਟ ਕਰੋ। ਇਸ ਤੋਂ ਬਾਅਦ ਆਨੰਦਪੁਰੀ ਗੱਤਕਾ ਅਖਾੜਾ, ਜਿਹੜਾ ਦੁਨੀਆ ਦੇ ਵਿੱਚ ਸ਼ਸਤਰ ਵਿੱਦਿਆ ਦੇ ਵਿੱਚ ਬੜਾ ਨਾਮਣਾ ਖੜ ਚੁੱਕਾ ਹੈ, ਉਹਦੀ ਛੋਟੀ ਜਿਹੀ ਪਰਫੋਰਮੈਂਸ ਤੋਂ ਬਾਅਦ ਰਿਜ਼ਲਟ ਅਨਾਊਂਸ ਕੀਤਾ ਜਾਏਗਾ। ਅਤੇ ਰਿਜ਼ਲਟ ਤੋਂ ਇਲਾਵਾ ਜਿਹੜੇ 6 ਅਵਾਰਡ ਹੋਰ ਨੇ, ਜਿਨ੍ਹਾਂ ਦੇ ਵਿੱਚ ਬੈਸਟ ਗੁਰਮਤ ਅਵੇਅਰਨੈਸ, ਬੈਸਟ ਬਿਹੇਵੀਅਰ, ਬੈਸਟ ਅਰਬਨ, ਬੈਸਟ ਕੋਸਟਿਊਮ, ਬੈਸਟ ਸਮਾਈਲ ਅਤੇ ਬੈਸਟ ਟੈਲੈਂਟ ਅਵਾਰਡ ਜਿਹੜੇ ਇੱਥੇ ਦਿੱਤੇ ਜਾਣਗੇ, ਅਤੇ ਸਾਰੇ ਫਾਈਨਲਿਸਟ ਨੂੰ ਜਿਹੜੀ ਆ ਟੈਬਲੇਟਸ ਦਿੱਤੀਆਂ ਜਾਣੀਆਂ। ਮੈਂ ਰਿਕੁਐਸਟ ਕਰਾਂਗਾ ਆਨੰਦਪੁਰੀ ਗੱਤਕਾ ਅਖਾੜਾ ਦੀ ਟੀਮ ਨੂੰ ਕਿ ਉਹ 15 ਮਿੰਟ ਦੇ ਲਈ, ਜਦ ਤੱਕ ਰਿਜ਼ਲਟ ਰੈਡੀ ਹੁੰਦਾ, ਸ਼ਸਤਰ ਵਿੱਦਿਆ ਦੀ ਪਰਫੋਰਮੈਂਸ ਜਿਹੜੀ ਆ ਉਹ ਸੰਗਤ ਦੇ ਨਾਲ ਸਾਂਝ ਪਾਉਣ ਦੀ। ਜਦ ਤੱਕ ਵੀਰ ਗੱਤਕੇ ਦੀ ਤਿਆਰੀ ਕਰਦੇ ਨੇ, ਇੱਕ ਵਿਸ਼ੇਸ਼ ਸਨਮਾਨ ਸਰਦਾਰ ਅਮਨਦੀਪ ਸਿੰਘ ਸਟੀਲਮੈਨ ਜੀ ਦਾ ਹੋਣਾ ਹੈ। ਮੈਂ ਰਿਕੁਐਸਟ ਕਰਾਂਗਾ ਉਹ ਪਲੀਜ਼ ਸਟੇਜ 'ਤੇ ਆਉਣ, ਉਹਨਾਂ ਨੂੰ ਸਨਮਾਨ ਦੇਣ ਲਈ ਅਕਾਲ ਸਟੂਡੈਂਟ ਫੈਡਰੇਸ਼ਨ ਦੀ ਕੋਰ ਕਮੇਟੀ ਟੀਮ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਜੀ, ਸਰਦਾਰ ਇਕਬਾਲ ਸਿੰਘ ਜੀ, ਸਰਦਾਰ ਤੇਜਿੰਦਰ ਸਿੰਘ ਬਬਲੂ ਜੀ, ਸਰਦਾਰ ਸਰਬਜੀਤ ਸਿੰਘ ਰਾਵਲਪਿੰਡੀ ਜੀ ਅਤੇ ਸਰਦਾਰ ਅਮਰਪ੍ਰੀਤ ਸਿੰਘ ਜੀ ਖਾਲਸਾ ਏਡ ਤੋਂ ਕਿਰਪਾ ਕਰਕੇ ਸਟੇਜ 'ਤੇ ਆ ਜਾਣ।
सरदार अमनदीप सिंह जी स्टीलमैन जी का सन्मान होना है जी। रिक्वेस्ट करांगा सरदार अमनदीप सिंह जी नूं जल्दी तो जल्दी स्टेज पर आ जाण। एक जकारा इस वीर लई जिन्हां दी तुसीं स्टंट देखे सी, बोले सो निहाल। पूरी दुनिया दे विच सिक्खी सरूप राही अपने कला राही पूरी दुनिया दे विच ईवन साउथ दे विच पहला गुरसिख होएगा जिहदे सब तो ज़्यादा फैन जिहड़े ओह साउथ दे विच ने ते जो इहनूं पसंद करदे ने। मैं रिक्वेस्ट करांगा सारी कोर कमेटी टीम नूं अते नाल सरदार अमरप्रीत सिंह जी खालसा हेड तों या सरदार दमनजीत सिंह जी अगर स्टेज पर मौजूद ने उन्हां दा सन्मान होना जी। इस तो पहला शाने सिख विरासत अवार्ड पिछले साल सरदार अमनदीप सिंह जी नूं दिता जा चुका है। बोले सो निहाल। अते नाल ही रिक्वेस्ट करांगा सरदार जसपाल सिंह जी ढेसी जी नूं उन्हां दा भी एक विशेष सन्मान साडी पूरी टीम वालों किया जाना है। जिन्ना सहयोग इन्होंने सानू और जिस निम्रता दे नाल सहयोग दिता है असी वाकई देना नहीं दे सकते। रिक्वेस्ट करांगा सरदार जसपाल सिंह जी ढेसी जी नूं ते नाल ही सरदार मनजीत सिंह हैप्पी जी तजिंदर सिंह जी ते कोर कमेटी सारी टीम नूं स्टेज पर आ जाए। साडे लई सब तो वध सहयोग करन वाले सरदार जसपाल सिंह जी का असी दिल दीआं गहराइयां तों धन्नवाद करदिआं होइआ सन्मान करना चाहुंदे आ जी। बहुत बहुत धन्नवाद सरदार जसपाल सिंह ढेसी जी का। फगवाड़े ते आस पास के होने वाले बहुत सारे प्रोजैक्ट जिहड़े आ उह उहनां दी मदद करन दे हर टाइम तैयार रहिंदे ने। बोले सो निहाल। अते हुण आनंदपुरी गतका अखाड़े की परफॉर्मेंस ते उस तो बाद लास्ट दे विच रिजल्ट अनाउंस किया जाना है। होप सो कि तुसीं आनंद माणोगे। आनंदपुरी गतका अखाड़ा तो नवजोत सिंह जी जद तक क्योंकि एक रीत है कि गतके तो पहला अरदास की जाती है तद तक नवजोत सिंह जी तुहाडे नाल सांझ पाणगे जी। ਗੱਡੀ ਪਿੱਛੇ ਸਿੰਘ ਤੂੰ ਲਖਾਇਆ ਗੂੜਾ ਕਰਕੇ ਚਾਤ ਖੂਜੀ ਉੱਤੇ ਮਾਰ ਜੇਰਾ ਸ਼ੀਸ਼ੇ ਮੂਰੇ ਖੜ ਕੇ ਕੇ ਸਿਰ ਤੋਂ ਕਟਾ ਕੇ ਤੂੰ ਪੰਜਾਬੀਆ ਦਾਗ ਲਹਿ ਗੁਰਾਂ ਦੀ ਚਿੱਟੀ ਪੱਗ ਨੂੰ ਮੁੱਕ ਜਾਣੀ ਸਰਦਾਰੀ ਆ ਪੰਜਾਬ ਚੋਂ ਨੱਥ ਪਾਈ ਨਾ ਜੇ ਫੈਸ਼ਨਾਂ ਦੀ ਅੱਗ ਨੂੰ ਮੁੱਕ ਜਾਣੀ ਸਰਦਾਰੀ ਆ ਪੰਜਾਬ ਚੋਂ ਨੱਥ ਪਾਈ ਨਾ ਜੇ ਫੈਸ਼ਨਾਂ ਦੀ ਅੱਗ ਨੂੰ ਗਿੱਦੜਾ ਤੋਂ ਸ਼ੇਰ ਸੀ ਬਣਾਏ ਵਾਜਾਂ ਵਾਲੇ ਨੇ ਫੇਰ ਜਾ ਗਿੱਦੜਾ ਜਾ ਬਣਦਾ ਹਾਂ ਬੁਝੇ ਨਾ ਚਰਾਗ ਸਦਾ ਖਾਲਸੇ ਦੀ ਰੋਸ਼ਨੀ ਦਾ ਟਾਵਾ ਟਾਵਾ ਕਿਤੇ ਕਿਤੇ ਬਲਦਾ ਟੋਪੀ ਨਾਇਕੀ ਦੀ ਸ਼ੀਰੀ ਉੱਤੇ ਲੈਣਾ ਹੈ ਦਿਖਾਵੇ ਚਤਰੰਗੀ ਕਰ ਉਹ ਜੱਗ ਨੂੰ ਮੁੱਕ ਜਾਣੀ ਸਰਦਾਰੀ ਆ ਪੰਜਾਬ ਚੋਂ ਨੱਥ ਪਈ ਨਾ ਜੇ ਫੈਸ਼ਨਾਂ ਦੀ ਅੱਗ ਨੂੰ ਫੈਸ਼ਨਾਂ ਦੇ ਹੜ ਵਿੱਚ ਜਾਨੀ ਐ ਯਾਰੋ ਕੁੜੀਆਂ ਪੰਜਾਬ ਦੀਆਂ ਰੂੜੀਆਂ ਹਾਂ ਵਾਲਾਂ ਦੇ ਕੱਟ ਕਰੋ ਹੁਣ ਬਲਤਾਂ ਵਾਲੇ ਚੁੰਨੀਆਂ ਸ਼ਰਮ ਦੀਆਂ ਔੜੀਆਂ ਭੁੱਲ ਗਈਆਂ ਇੱਜ਼ਤਾਂ ਦੀਆਂ ਅਣਖਾਂ ਦਾਗ ਲਾਨੀਆਂ ਐ ਬਾਬਲਿਆਂ ਦੀ ਪੱਗ ਨੂੰ ਮੁੱਕ ਜਾਣੀ ਸਰਦਾਰੀ ਆ ਪੰਜਾਬ ਚੋਂ ਨੱਥ ਪਈ ਨਾ ਜੇ ਫੈਸ਼ਨਾਂ ਦੀ ਅੱਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਾਜਾਂ ਵਾਲੇ ਤਾਜਾਂ ਵਾਲੇ ਤਖਤਾਂ ਵਾਲੇ ਨੀਲੇ ਤੇ ਸ਼ਾਹ ਸਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਈ ਕਹਿੰਦੇ ਸਦੀਓ ਰਹਾ ਹੈ ਦੁਸ਼ਮਣ ਦੌਰੇ ਜ਼ਮਾਨਾ ਹਮਾਰਾ ਕੁਛ ਬਾਤ ਐਸੀ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ ਪੀਰ ਫਕੀਰਾਂ ਦੀ ਉਹ ਧਰਤੀ ਜਿਹਦੇ ਬਾਰੇ ਕਿਸੇ ਕਵੀ ਨੇ ਕਲਮ 'ਚ ਕਿਸੇ ਕਵੀ ਦੀ ਕਲਮ ਨੇ ਮੌਜ ਵਿੱਚ ਆ ਕੇ ਲਿਖਿਆ ਕਹਿੰਦਾ ਮੈਂ ਬੜੀਆਂ ਜ਼ਮੀਨਾਂ ਵੇਖੀਆਂ ਉਹ ਮੈਂ ਬੜੀਆਂ ਜ਼ਮੀਨਾਂ ਵੇਖੀਆਂ ਪਰ ਉਹ ਜ਼ਮੀਨ ਜੋ ਮੇਰੇ ਦਿਲ ਨੂੰ ਛੂ ਗਈ ਉਹ ਜ਼ਮੀਨ ਸੀ ਸੱਭਿਆਚਾਰ ਦੀ ਉਹ ਜ਼ਮੀਨ ਸੀ ਸੰਸਕ੍ਰਿਤੀ ਦੀ ਜਿੱਥੇ ਵੱਸਦੀਆਂ ਨੇ ਰੱਬੀ ਰੂਹਾਂ ਤੇ ਪੈਦਾ ਕਰਦੀਆਂ ਨੇ ਸ਼ੇਰ ਦਿਲ ਇਨਸਾਨ ਉਹ ਰਾਣੀ ਪੰਜਾਂ ਦਰਿਆਵਾਂ ਦੀ ਜਿਹਨੂੰ ਕਹਿੰਦੇ ਨੇ ਪੰਜਾਬ ਪੰਜਾਬ ਤੇ ਪੰਜਾਬ ਅੱਜ ਉਸੇ ਪੰਜਾਬ ਦੀ ਧਰਤੀ ਤੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਬਖਸ਼ੀਆਂ ਹੋਈਆਂ ਨਿਰਾਲੀਆਂ ਖੇਡਾਂ ਵਿੱਚੋਂ ਕੁਝ ਖੇਡਾਂ ਲੈ ਕੇ ਆਪ ਜੀ ਦੇ ਸਾਹਮਣੇ ਖਾਲਸੇ ਆਨੰਦਪੁਰ ਸਾਹਿਬ ਵਾਲੇ ਗੱਤਕਾ ਅਖਾੜਾ ਚੰਡੀਗੜ੍ਹ ਤੋਂ ਸਿੰਘ ਹਾਜ਼ਰ ਹੋਏ ਨੇ। ਅਸੀਂ ਯਤਨ ਕਰਾਂਗੇ ਕਿ ਉਸ ਮਹਾਨ ਵਿਰਸੇ ਦੀ ਝਲਕ ਆਪ ਜੀ ਨੂੰ ਦਿਖਾ ਸਕੀਏ। ਬਈ ਕਹਿੰਦੇ ਸਿੰਘ ਸਿਰ ਕਟਵਾਉਣੋਂ ਮੁੜਦੇ ਨਾ ਮੁੜ ਜਾਂਦੇ ਨੇ ਮੂੰਹ ਤਲਵਾਰਾਂ ਦੇ ਇਹ ਦੁਨੀਆ ਕਲਮੇ ਪੜ੍ਹਦੀ ਏ ਇਹਨਾਂ ਸਿਰ ਲੱਥਿਆਂ ਸਰਦਾਰਾਂ ਦੇ। ਬੋਲੇ ਸੋ ਨਿਹਾਲ।
ਸਿੰਘ ਨੇ ਗਿੱਦੜੋਂ ਸ਼ੇਰ ਬਣਾ ਦਿੱਤੇ, ਅਣਕ ਗੈਰਤ ਵਿੱਚ ਪੂਰੇ ਮਰਦ ਦਲੇਰ ਬਣਾ ਦਿੱਤੇ। ਗੁਰੂ ਗੋਬਿੰਦ ਸਿੰਘ ਨੇ ਗਿੱਦੜੋਂ ਸ਼ੇਰ
ਛੇੜੀ ਸੀ ਆਜ਼ਾਦੀ ਵਾਲੀ ਤਾਨ ਵੱਖਰੀ, ਬੱਬਰ ਅਕਾਲੀਆਂ ਦੀ ਸ਼ਾਨ ਵੱਖਰੀ, ਛੇੜੀ ਸੀ ਆਜ਼ਾਦੀ ਵਾਲੀ ਤਾਨ ਵੱਖਰੀ, ਭੱਜਦੇ ਨੇ ਵੈਰੀ ਨਾ ਮੈਦਾਨੇ ਖੜਦੇ, ਸਿਰ ਜਾਂਦਾ ਜਾਵੇ ਨਾ ਕਿਸੇ ਤੋਂ ਡਰਦੇ, ਸਿਰ ਜਾਂਦਾ ਜਾਵੇ ਨਾ ਕਿਸੇ ਤੋਂ ਡਰਦੇ,
ਜੀ, ਇਹ ਤਾਂ ਸੀਸ ਹੈ ਸਾਡੇ ਲਈ। ਕਿਰਪਾ ਕਰਦੇ ਹੋ ਉੱਚੀ ਆਵਾਜ਼ ਵਿੱਚ ਆਖੋ ਜੀ, ਬੋਲੇ ਸੋ ਨਿਹਾਲ। ਤੁਹਾਡੇ ਤੇ ਰਿਜ਼ਲਟ ਤੇ ਵਿਚਾਰ ਜ਼ਿਆਦਾ ਸਮਾਂ ਨਹੀਂ ਲੈਣਾ। ਬੇਨਤੀ ਕਰਾਂਗਾ ਅੱਜ ਦੇ ਜੱਜ ਸਾਹਿਬਾਨ ਨੂੰ ਕਿ ਕਿਰਪਾ ਕਰਕੇ ਉਹ ਸਟੇਜ ਤੇ ਆ ਜਾਣ। ਜਿਹੜੇ 11 ਕੰਟੈਸਟੈਂਟਸ ਨੇ ਉਹਨਾਂ ਨੂੰ ਵੀ ਬੇਨਤੀ ਹੈ, 12 ਸਾਰੇ ਦੇ ਸਾਰੇ ਸਟੇਜ ਤੇ ਆ ਜਾਓ ਜੀ। ਸਾਡੇ ਬਹੁਤ ਹੀ ਮਾਣਯੋਗ ਸਦਾ ਮਨਮੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ ਬੰਬੇ ਤੋਂ ਅੱਜ ਇਹਨਾਂ ਛੋਟੇ ਛੋਟੇ ਨੰਨੇ ਬਰਖਰਦਾਰਾਂ ਨੂੰ ਅਸੀਸ ਦੇਣ ਲਈ ਆਏ ਨੇ। ਵੀਰ ਮਨਪ੍ਰੀਤ ਸਿੰਘ ਬੰਗਾ, ਸਦਾ ਹਰਨਵੀਰ ਸਿੰਘ ਜੀ, ਉਹ ਆਈਕਨ ਫੈਸ਼ਨ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਦਸਤਾਰ ਦੀ ਸਰਦਾਰੀ ਨੂੰ 4 ਚੰਨ ਲਾ ਕੇ ਇੱਕ ਸੁਨੇਹੇ ਦੇ ਰੂਪ ਵਿੱਚ ਜਿਸ ਮੈਸੇਜ ਦੀ ਅੱਜ ਗੱਲ ਕਰਨ ਲਈ ਅਸੀਂ ਇਕੱਠੇ ਹੋਏ ਹਾਂ, ਉਹ ਸੁਨੇਹਾ ਪੂਰੀ ਦੁਨੀਆ ਵਿੱਚ ਪਹੁੰਚਾ ਕੇ ਇਹ ਰੋਲ ਮਾਡਲ ਵਜੋਂ ਅੱਜ ਫੈਸ਼ਨ ਜਗਤ ਦੇ ਵਿੱਚ ਕੌਮ ਦੀ ਨੁਮਾਇੰਦਗੀ ਕਰ ਰਹੇ ਨੇ, ਔਰ ਸਮੁੱਚੇ ਪੰਥ ਨੂੰ ਇਹਨਾਂ 'ਤੇ ਬਹੁਤ ਬਹੁਤ ਵੱਡਾ ਮਾਣ ਹੈ। ਵੀਰ ਜੀ ਮਨਮੀਤ ਸਿੰਘ ਜੀ ਹੋਰਾਂ ਦੇ ਛੋਟੇ ਛੋਟੇ ਮੈਸੇਜ ਤੁਸੀਂ ਅਕਸਰ ਹੀ ਆਪਣੇ ਵਟਸਐਪ ਦੇ ਉੱਤੇ ਫੇਸਬੁੱਕ 'ਤੇ ਅਸੀਂ ਵੇਖਦੇ ਹਾਂ ਕਿ ਛੋਟੇ ਛੋਟੇ ਸੁਨੇਹੇ ਦੇ ਰਾਹੀਂ ਕੌਮ ਦਾ ਬਹੁਤ ਵੱਡਾ ਮੈਸੇਜ ਜਿਹੜਾ ਗੁਰਮਤਿ ਪ੍ਰਚਾਰ ਦਾ ਕਾਰਜ ਸਤਿਕਾਰਯੋਗ ਮੇਰੇ ਵੱਡੇ ਵੀਰ ਮਨਮੀਤ ਸਿੰਘ ਜੀ ਕਰ ਰਹੇ ਨੇ। ਸੋ ਅੱਜ ਇਹ ਸਾਰੀਆਂ ਸ਼ਖਸੀਅਤਾਂ ਇਹਨਾਂ ਨੰਨੇ ਬਰਖੁਰਦਾਰਾਂ ਨੂੰ ਸਿਰਫ ਚੋਣ ਕਰਨ ਵਾਸਤੇ ਹੀ ਨਹੀਂ ਬੁਲਾਇਆ ਗਿਆ, ਇਹਨਾਂ ਦਾ ਵੀ ਸਾਡੇ ਮਨਾਂ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਕਿ ਇਹਨਾਂ ਦਾ ਵੀ ਮਾਣ ਕਰੀਏ ਤਾਂ ਕਿ ਇਹਨਾਂ ਦੀ ਜ਼ਿੰਦਗੀ ਤੋਂ ਸੁਨੇਹਾ ਲੈ ਕੇ ਹੋਰ ਬਹੁਤ ਸਾਰੇ ਨੌਜਵਾਨ TV ਦੇ ਰਾਹੀਂ ਜਿਹੜੇ ਦੇਖ ਰਹੇ ਨੇ ਜਾਂ ਅੱਜ ਜਿੰਨੀਆਂ ਸਿੱਖ ਸੰਗਤਾਂ ਨੇ ਇੱਥੇ ਸਾਰਾ ਨਜ਼ਾਰਾ ਮਾਣਿਆ, ਉਹ ਸਾਰੇ ਦੇ ਸਾਰੇ ਇਹਨਾਂ ਤੋਂ ਇੰਸਪਾਇਰ ਹੋ ਕੇ ਆਪਣੀ ਲਾਈਫ ਦੇ ਗੋਲਸ ਨੂੰ ਅਚੀਵ ਕਰਨ ਵਾਸਤੇ ਕੋਈ ਚੰਗੀ ਸਿੱਖਿਆ ਲੈ ਸਕਣ। ਫਾਈਨਲਿਸਟ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਸਾਰੇ ਸਟੇਜ 'ਤੇ ਆ ਜਾਣ ਜੀ। ਨਾਲ ਦੀ ਨਾਲ ਬੇਨਤੀ ਕਰਾਂਗਾ ਸਰਦਾਰ ਰਾਜਵੰਤ ਸਿੰਘ ਜੀ ਬੋਰਾ, ਫਤਿਹ TV ਦੇ MD, ਜਿਨ੍ਹਾਂ ਦੇ ਇਹ ਸਾਰੇ ਉਪਰਾਲੇ ਵਜੋਂ ਇਹ ਸਾਰਾ ਕੁਝ ਮੁਮਕਿਨ ਹੋ ਪਾਇਆ, ਕਿਉਂਕਿ ਅਸੀਂ ਕੋਈ ਵੀ ਪ੍ਰੋਜੈਕਟ ਲੈ ਕੇ ਉਹਨਾਂ ਦੇ ਕੋਲ ਜਾਂਦੇ ਹਾਂ, ਹਮੇਸ਼ਾ ਹੀ ਆਲ ਦਾ ਟਾਈਮ ਇੱਕ ਯੈਸ ਹੁੰਦੀ ਹੈ ਕਿ ਜਿੱਥੇ ਵੀ ਪੰਥ ਦੀ ਚੜ੍ਹਦੀ ਕਲਾ ਦਾ ਮਸਲਾ ਪੁੱਛਣ ਨਾ ਆਇਓ। ਸਰਦਾਰ ਰਾਜਵੰਤ ਸਿੰਘ ਜੀ ਬੋਰਾ, ਵੀਰ ਅਮਰਪ੍ਰੀਤ ਸਿੰਘ ਜੀ ਖਾਲਸਾ ਏਡ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਉਹ ਸਟੇਜ 'ਤੇ ਆ ਜਾਣ। ਸੰਗਤ ਨੂੰ ਬੇਨਤੀ ਹੈ ਪਿਆਰ ਥਾਪੜਾ ਇਸੇ ਤਰ੍ਹਾਂ ਬਣਾਈ ਰੱਖਿਓ, ਸਿਰਫ ਚੰਦ ਘੜੀਆਂ ਆਪ ਜੀਆਂ ਦੀਆਂ ਹੋਰ ਲੈਣੀਆਂ। ਪ੍ਰੋਫੈਸਰ ਸੁਰਿੰਦਰ ਸਿੰਘ ਜੀ ਹੋਰਾਂ ਤੋਂ ਮਾਫ਼ੀ ਚਾਹੁੰਦਾ ਜੀ, 2 ਵਾਰੀ ਤਕਲੀਫ ਦਿੱਤੀ ਹੈ, ਮੇਰੀ ਦਿੱਲੀ ਰੀਝ ਹੈ, ਵੈਸੇ ਤੁਸੀਂ ਸਾਥ ਹੋਵੋ। ਮੈਂ ਹੱਥ ਬੰਨ ਬੇਨਤੀ ਕਰਦਾ ਜੇ ਕਿਰਪਾ ਹੋ ਜਾਏ ਤਾਂ ਬਹੁਤ ਵਧੀਆ। ਭੈਣ ਜਸਵੀਰ ਕੌਰ ਜੀ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਜੇ, ਥੈਂਕ ਯੂ, ਥੈਂਕਸ ਲੋਟ। ਬੇਨਤੀ ਕਰਾਂਗਾ ਸਰਦਾਰ ਮਨਮੀਤ ਸਿੰਘ ਜੀ ਹੋਰਾਂ ਨੂੰ, ਅੱਜ ਦਾ ਐਕਸਪੀਰੀਅੰਸ ਕਿਵੇਂ ਰਿਹਾ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ 'ਚ 2 ਟਾਈਪ ਦੇ ਬੰਦੇ ਹੁੰਦੇ ਹੈ, ਜੋ ਇੱਕ ਆਪਣੀ ਮਿਹਨਤ ਦੇ ਖਾਂਦੇ ਹੈ, ਔਰ ਜੋ ਜਿਹਦਾ ਪਿਓ ਕਮਾ ਕੇ ਜਗਿਆ ਹੁੰਦਾ ਨਾ ਉਹ ਉਹਦੀ ਬੈਠ ਕੇ ਖਾਂਦਾ ਹੈ। ਅਤੇ ਮੈਂ ਤਾਂ ਸਿਰਫ ਜੋ ਮੇਰਾ ਪਿਓ ਗੁਰੂ ਨਾਨਕ ਕਰਦੇ ਮੈਸੇਜ ਸਿਰਫ ਤੁਹਾਡੇ ਅੱਗੇ ਦਿੱਤੇ ਗਏ ਅਤੇ ਤੁਸੀਂ ਮਾਣ ਮਿਲਦੇ ਹੀ ਜਾ ਰਹੇ ਹੋ। ਅੱਜ ਮੈਨੂੰ ਪਹਿਲੀ ਵਾਰ ਲੱਗ ਰਿਹਾ ਕਿ ਮੇਰਾ ਵਜ਼ਨ ਵਾਕਈ ਬਹੁਤ ਜ਼ਿਆਦਾ, ਮੈਂ ਸਟੇਜ ਦੇ ਲਾਇਕ ਨਹੀਂ ਹਾਂ। ਇਹ ਅਰਨਵ ਵੀਰ ਜੀ, ਖਾਲਸਾ ਏਡ ਵਾਲੇ, ਇਹਨਾਂ ਸਾਰਿਆਂ ਦਾ ਅੱਗੇ ਮੇਰੀ ਕੋਈ ਔਕਾਤ ਨਹੀਂ ਇੱਥੇ ਖੜ੍ਹੇ ਰਹੇ। ਮੈਂ ਦਿਲੋਂ ਕਹਿ ਰਿਹਾ, ਮੇਰੇ ਤੋਂ ਇੱਥੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਕਿ ਜੋ ਇਹ ਸਾਰੇ ਕਰ ਰਹੇ ਹੈ। ਅਰਨਵ ਵੀਰ ਜੀ ਦਾ ਮੈਂ ਅੱਜ ਹੀ ਸਵੇਰੇ ਸੁਣਿਆ ਸੀ, ਮੈਂ ਅੱਜ ਸਵੇਰੇ ਇਹਨਾਂ ਦਾ ਫੈਨ ਬਣਿਆ ਸੀ, ਸ਼ਾਮੀ ਮੈਨੂੰ ਮਿਲ ਗਏ, ਅਤੇ ਮੈਂ ਤੁਹਾਡਾ ਸ਼ੁਕਰੀਆ ਕਰਨਾ ਕਿ ਤੁਸੀਂ ਮੈਨੂੰ ਇਹਨਾਂ ਗੁਰਮੁੱਖਾਂ ਨਾਲ ਮਿਲਾਇਆ। ਅਤੇ ਉਹ ਜੋ ਮੈਸੇਜਿਸ ਜੋ ਤੁਸੀਂ ਦੇਖਦੇ ਹੋ, ਗੁਰੂ ਨਾਨਕ ਦੇ ਮੈਸੇਜਿਸ ਮੇਰੇ ਨਹੀਂ ਹਨ। ਅਤੇ ਦੇਖੋ ਪਿਓ ਇਤਨਾ ਅਮੀਰ ਹੈ, ਮੈਂ ਉਸਦੀ ਖਾ ਰਿਹਾ, ਮੈਨੂੰ ਸਿਰਫ ਜੋ ਉਸ 'ਤੇ ਭਰੋਸਾ ਸੀ ਉਹਦਾ ਮਾਣ ਤੁਸੀਂ ਮੈਨੂੰ ਦੇ ਰਹੇ ਹੋ। ਅਤੇ ਤੁਸੀਂ ਸੋਚੋ ਜੇ ਸਾਰੇ ਰਲ ਕੇ ਕਰੋਗੇ ਤਾਂ ਗੁਰੂ ਆਪੇ ਤੁਹਾਡੇ ਨਾਲ ਹੈ, ਅਤੇ ਮੈਂ ਤੁਹਾਡੇ ਅੱਗੇ। ਅੱਛਾ, ਇਹਨਾਂ ਨੂੰ ਪਾਰਟੀਸੀਪੈਂਟਸ ਨੂੰ ਮੈਂ ਬੋਲਣਾ ਚਾਹੁੰਦਾ ਕਿ ਅੱਜ ਤੁਹਾਨੂੰ ਕੀ ਲੱਗਦਾ ਕੌਣ ਹਾਰੇਗਾ ਅਤੇ ਕੌਣ ਜਿੱਤੇਗਾ? ਚਲੋ ਮੈਂ ਤੁਹਾਨੂੰ ਜਲਦੀ ਜਵਾਬ ਦੇ ਦੇਣਾ, ਇੱਕ ਸਿੱਖ ਕਦੇ ਵੀ ਨਹੀਂ ਹਾਰਦਾ। ਇਹ ਗੱਲ ਨੂੰ ਧਿਆਨ ਨਾਲ ਸੁਣਨਾ, ਚੜ੍ਹਦੀ ਕਲਾ ਦਾ ਜੋ ਮੇਨ ਕਾਫੀ ਮੀਨਿੰਗ, ਅਤੇ ਸਾਰੇ ਵੀਰ ਹੈ ਜੋ ਐਕਸਪਰਟ ਦੇ ਸਕਣਗੇ, ਚੜ੍ਹਦੀ ਕਲਾ ਦਾ ਮੀਨਿੰਗ ਇਹੀ ਹੈ ਕਿ ਇੱਕ ਸਿੱਖ ਕਦੇ ਵੀ ਨਹੀਂ ਹਾਰਦਾ। ਹਾਂ, ਕਈ ਵਾਰ ਉਹ ਜਿੱਤਦਾ ਨਹੀਂ ਹੈ, ਬਸ ਸਮਝੇ ਮਤਲਬ। ਇੱਕ ਸਿੱਖ ਕਦੇ ਵੀ ਨਹੀਂ ਹਾਰਦਾ, ਬਸ ਕਈ ਵਾਰ ਉਹ ਜਿੱਤਦਾ ਨਹੀਂ ਹੈ। ਹਾਰਦਾ ਉਹੀ ਹੈ ਜੋ ਕੋਸ਼ਿਸ਼ ਕਰਨਾ ਬੰਦ ਕਰ ਦਿੰਦਾ ਹੈ।
तो सिख गुरु का सिख तो हमेशा चढ़दी कला च होंदा ना, तो जो कोई जितदा है ना तो घर जाके नहीं बोलता मैं हारिया, कहता वह जित गया तो उसकी खुशी मनांदा, तो वह है सिख। तो तुसी सारे सोहने सोहने मेरे नाल तो बहुत ज़्यादा सोहने, मैं तो इतना मोटा जहाँ देखा है ना, इतने खड़ना ने मैं खड़ा कर दिता, तो तुहानू सारयां नू मुबारकां, तुहाड़े चों कोई भी नहीं हारिया अज, तुहाड़े विचों कोई भी नहीं हारिया, अपने लिए जकारा छोड़ो जोर दी, सत श्री अकाल। इत्थे आके खड़ा होने टंगा कितनी कम दियां मैनू पुछो, जद मैं शुरू किया सी ते देखो ये सारे हिम्मत नाल खड़े हैं और लाइव जवाब दे रहे सी, ते तुहानु सारयां नू वधाइयां जो इन्हां नू इत्थे खड़ा कर पाए हो, ये सोहणे सिंह अगे जाके ये कौम का नाम उच्चा करनगे। थैंक यू सो मच। वाहिगुरु जी का खालसा वाहिगुरु जी की फतेह। बहुत बहुत धन्यवाद सरदार मनमीत सिंह जी का, इन्ने रुझेवें बिचों समा कदा बेनती करांगा मनप्रीत सिंह बंगा नू, क्योंकि बड़े लंबे समय तो बॉलीवुड दे विच सिख कौम की प्रतिनिधता कर रहे हैं वीर मनप्रीत सिंह जी बंगा। वाहिगुरु जी का खालसा वाहिगुरु जी की फतेह। मैं हर जगह जाता एक एग्जाम्पल जरूर दिता, भावें वह बच्चे होण या वड्डियां लई। एक कंपनी सी जिहड़ी बाइबल बनांदी सी, बाइबल बुक होंदी है जिस तरह साडा गुरु ग्रंथ साहिब हैगे ने उस तरह ही बाइबल एक बुक है क्रिश्चन सी, होली बुक है उन्हां दी। एक कंपनी सी जो बाइबल बुक बनांदी सी और मार्केटिंग दे एग्जीक्यूटिवस मार्केटिंग दे बंदे सेल्स वाले बंदे हायर करदी सी, उन्हां नूं रखदी सी वह वेचण वास्ते, ते हर महीने एक प्राइज अनाउंस होंदा सी सेल्समैन ऑफ द ईयर, सेल्समैन ऑफ द मंथ हर महीने प्राइज अनाउंस होंदा सी। ते एक मुंडा सी जड़ा थतलांदा सी, मैं मेरा नाम मनप्रीत सिंह है, मैं इत्थों दी रहण इदां गल करदा सी। उन्नू कित्थे जॉब नहीं मिल रही सी, बाइबल दे उत्थे गया कहिंदा कि मैनू जॉब ते रख लो, मैं कम करना चाहना। कहिंदा यार तू बोल ते सकदा नहीं, सेल्स की करेगा, और सेल्स वास्ते सब तो प्यारा सब तो अच्छी तरह बोलने वाला बंदा चाहिए। पर उन्हें कहा कि ठीक है जिन्नी वेचेंगा उस हिसाब से असीं तैनूं पैसे देवांगे, उन्हें ज्वाइन कर ली। एंड इच जदों महीना खत्म होया सेल्समैन ऑफ द मंथ अनाउंस होया तो उस बंदे का नाम अनाउंस होया, सारे हैरान परेशान कि जिन्हों बोलना नहीं आता ठीक तरह वो सब तो ज़्यादा बाइबल किवें वेच सकता है। उन्हें स्टेज पर बुलाया गया, उन्हें पूछा गया कि तू की कीता है, किस तरह कीता है। उन्हें कहा मैं कुछ नहीं करता सी, मैं घर घर जाता सी, बैल मारता सी, मैडम आती सी, मैं कहता सी मैं बाइबल खरीदने की लोड़ नहीं हैगी, मैं पूरी खड़ा खड़ा पौनू पढ़ के सुना देंगा। कहती रहन दे भाई तू दे ही दे। उन्हें कुछ किया नहीं, उन्हें अपनी नैगेटिव चीज़ नू पॉजिटिव कर दिता। सिमिलरली मीडिया साढ़े वास्ते नैगेटिव बनता जा रहा जो असी सोचते हाँ, पर वही मीडिया असं अगर पॉजिटिव वे नाल यूज करिए तो असं बहुत अगे तक जा सकते हैं, सब नू प्रूव कर सकते हैं कि असी कौन और की हाँ। बस यही मैं कहना चाहता सी फॉर यू ऑलसो, नैगेटिव नू अपने पहचानो, पॉजिटिव विच बदलो, पॉजिटिव नू होर स्ट्रोंग करो, यू कैन ग्रो अप। वाहिगुरु जी का खालसा वाहिगुरु जी की फतेह। थैंक यू वेरी मच। अज दे रिजल्ट्स, सब तो पहला टाइटल्स जिहड़े अवार्ड अज दिते जा रहे ने, जिन्हां दे विच बेस्ट गुरमत अवेयरनेस, बेस्ट बिहेवियर, बेस्ट अर्बन, बेस्ट कॉस्ट्यूम, बेस्ट समाइल ते बेस्ट टैलेंट का अवार्ड इन फाइनलिस्ट दे विचों ही दिता जाना है। और सब तो पहला जिहड़ा अवार्ड बेस्ट गुरमत अवेयरनेस का दिता जा रहा है, इस बच्चे नू जदों असी ऑडिशन दे विच पुछया सी और सैमीफाइनल दे विच भी एक गल दोहराई गई सी कि इस बच्चे ने गुरमत दे बारे दस्या सी कि इस बच्चे नू 11 साल की उम्र दे विच 13 बाणियां कंठ ने सैमीफाइनल दे विच, और फाइनल तक आंदा आंदा उन्हें आ दस्या कि तुसी चाहो तो मेरे को हुण 15 बाणियां कंठ मैं कर लिया तो मेरे को सुनना चाहो तो सुन सकते हो। सो ये बच्चे का वह पक्ष जिहड़ा गुरमत का जिन्हों अज अवार्ड दिता जा रहा है। टैग नंबर 5 नूरवीर सिंह, 11 साल की उम्र ते 15 बाणियां कंठ, अपनी उम्र तो ज़्यादा बाणियां कंठ कीतियां हुई ने, ते शायद सानू 15 बाणियां दे नाम भी याद ना हो। नैक्सट अवार्ड जिहड़ा कि ड्यूरिंग ट्रेनिंग ऑब्जर्व किया गया, बेस्ट बिहेवियर का अवार्ड, क्योंकि यह भी एक ऐसा पक्ष है जिहदे लई बच्चे नू जाणू कराना बहुत जरूरी है कि दूसरिया नाल बिहेव किदा करना, कि सिख बिहेव किदा करते हैं एक दूजे नाल।
टैग नंबर 7 मनकीरत सिंह। नेक्स्ट अवार्ड बेस्ट टर्बन का, और इस बच्चे की एक खासियत है कि इन्हें सैमीफाइनल दे विच जो टैलेंट राउंड होया तो 2.5 मिनट दे विच सारी ऑडियंस के सामने बहुत सोहनी दस्तार बन के दिखाई सी। तो हुण इस बच्चे ने जो प्रैक्टिस की है अखां ते पट्टी बन के बच्चा 2.5 मिनट दे विच दस्तार सजा लैंदा है। टैग नंबर 13 अवतार सिंह पटियाले तो, उन्हां बच्चों लई ते उन्हां वीरां लई एग्जाम्पल जिन्हां को समा ना होण करके पग्गां नहीं बन पाते, 2.5 मिनट दे विच बच्चा दस्तार सजा लैंदा है और सैमीफाइनल दे विच सारी संगत दे सामने ने ये अज की परफॉर्मेंस के दौरान बेस्ट कॉस्ट्यूम का अवार्ड भी कढ़िया गया, क्योंकि ड्रेस सेंस का भी एक अवार्ड फैशन की दुनिया बड़ा जरूरी है। बेस्ट कॉस्ट्यूम का अवार्ड टैग नंबर 21 इनायत वीर सिंह। बोले सो निहाल। एक बच्चा होर जिन्हों अक्सर असी ट्रेनिंग च डांटते रहिंदे सी कि बच्चे तू प्लीज़ सीरीयस हो जा, तू सीरीयस हो जा, वो नहीं सी मनदा, जिहड़ा मर्जी राउंड करा लिए वो हसदा ही रहिंदा सी। स्पैशल उहदे लई एक अवार्ड रखिया गया बेस्ट समाइल दा अवार्ड सिमरजोत सिंह टैग नंबर 23। ये रोंदा रोंदा भी ऐ लगता भी हले हस ही रहा जी। एंड मोस्ट इंपोर्टेंट अवार्ड जिहड़ा सैमीफाइनल दे बेस ते दिता गया और जिस बच्चे ने अपने टैलेंट राही और बहुत छोटी उम्र के सब का ध्यान अपने वाल खिंचया, मैं डायरैक्ट उसके कोल माइक लैके जाऊँगा और तुहानूं उहदा टैलेंट पता लग जाएगा और वो तुहानूं कोई डायलॉग बोल के सुनाएगा जी। वाहेगुरु जी का खालसा वाहेगुरु जी की फतेह। मेरा नाम प्रतीक सिंह, मैं एक डायलॉग तुहानूं सुनाउण जा रहा हाँ। ठणे जरा सुआदे ता फकरा ते सोंदे ता तकड़ा। एक डायलॉग और सुना दी, डिमांड आ रही है, जब माइक फाड़ देना तुसी एक्शन कर। सुचा नंद जुवानुल गाम दे मलजुमा दे दोस्त ने नेकी उना दी पछाण है, शीश झुके आदर कर गुरु गोविंद सिंह उना नाम है। बोले बेस्ट टैलेंट का अवार्ड जा रहा जी टैग नंबर 25 प्रतीक सिंह। हुण वेला है रिजल्ट का, तो रिजल्ट जा गुरु साहब जानते ने या सिर्फ जज जानते ने, तो मैं माइक उन्होंने ओवर कर रहा जी। मैं रिजल्ट लई हुण माइक देन जा रहा, बहुत बहुत धन्यवाद पहला तो साडी सारी टीम वालों इत्थे पहुंचण ते, जिन्ना असी अंदरों डर रहे सी कि बड़ी वड्डी सैलीब्रिटी नूं सद रहे हैं, साडे कोलों कोई गलती ना हो जाए, तो जिन्नी नम्रता इन्होंने दिखाई है साडा आंदे ही जिहड़े साह सुके हुए सी वो थले हो गए थोड़े से। तो मैं बहुत बहुत धन्यवाद करदा सरदार मनमीत सिंह जी, सरदार मनप्रीत सिंह बंगा जी का। हरनवीर जी नूं तां असी महीने च एक बारी मिले लईदा, इस करके डर नहीं लगता, बट सच्ची मुची साडी टीम को असी सोच रहे सी कोई गलती कितें रह ना जाए साडे वल्लों कोई कमी पेशी। तो हुण मैं रिजल्ट ली माइक दे रहा जी। थर्ड नंबर तो स्टार्ट करांगे, सेकंड रनर अप गेसेस, कोई नाम कोई टैग कौन हो सकता है थोड़े हिसाब से, कौन हो सकता है? मेरे ख्याल सारी हो, थोड़े हिसाब से राज कौन जीतेगा?
प्रतीक सिंह। फर्स्ट रनर अप टैग नंबर नाइन मनकीरत सिंह। फर्स्ट रनर अप ट्रॉफी सैश ते 31,000 इनाम। गिव हिम अ बिग राउंड ऑफ अप्लॉज प्लीज। फर्स्ट रनर अप कौन होएगा? मुझे नहीं पता। अगर मैं बोलूं मुझे भी नहीं पता तो क्या हो गया? मैनू तो मिल गया, बाकी देख लो। सेकंड रनर फर्स्ट रनर अप टैग नंबर 3 मनमीत सिंह। गलती लगी बाजी है आगे ने। मच अवेटेड अज शाम दा विनर, अज शाम दा विनर। टैग नंबर गेसेस 17 है कह रहे ने। 17 टैग नंबर 17 देवकरण सिंह।